ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬਲੇ ਅਕਸਰ ਆਪਾਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੁੰਦਾ ਕਿ ਸਾਨੂੰ ਹਮੇਸ਼ਾ ਚੰਗੀ ਅਤੇ ਸਕਾਰਾਤਮਕ ਗੱਲ ਕਰਨੀ ਚਾਹੀਦੀ ਬਜ਼ੁਰਗਾਂ ਦਾ ਕਹਿਣਾ ਹੈ ਕਿ ਕੋਈ ਵੀ ਮਨੁੱਖ ਮਾੜੀ ਸ਼ਬਦੀ ਵਰਤੋ ਨਾ ਕਰੇ ਨਾ ਹੀ ਮਾੜੀ ਗੱਲ ਕਰੇ ਕਿਉਂਕਿ ਕੌਣ ਜਾਣਦਾ ਹੈ ਕਿ ਕਿਸ ਸਮੇਂ ਆਪਣੇ ਮੂੰਹ ਤੇ ਸੱਤ ਬੈਠਾ ਹੋਵੇ ਭਾਵੇਂ ਆਪਣੇ ਮੂੰਹੋਂ ਕਈ ਗੱਲ ਸੱਚ ਹੋ ਜੇ ਜੇਕਰ ਆਪਾਂ ਮਾੜੀ ਗੱਲ ਜਾਂ ਨਾਕਰਾਤਮਕ ਸੋਚਦਿਆਂ ਤਾਂ ਉਹ ਹੋ ਜਾਏਗਾ ਤਾਂ ਕਿ ਸੱਚ ਹੁੰਦਾ ਜੇਕਰ ਇਹ ਜਿਆ ਹੁੰਦਾ ਤਾਂ ਫਿਰ ਸਾਡੀ ਜ਼ੁਬਾਨ ਤੇ ਕਦੋਂ ਸੱਚ ਆ ਕੇ ਬੈਠਦਾ ਸਭ ਤੋਂ ਪਹਿਲਾਂ ਇਸ ਸਵਾਲ ਦਾ ਜਵਾਬ ਸਿਰਫ ਇੱਕ ਕਲਪਨਾ ਨਹੀਂ ਇਹ ਅਸਲ ਵਿੱਚ ਦੇਖਿਆ ਗਿਆ ਆਪਾਂ ਜਾਣਦੇ ਆ ਆਪਣੀ ਜੀਬ ਜਿਹੜੀ ਹੈ ਇਹ ਬੁੱਧੀ ਗਿਆਨ ਅਤੇ ਵਿਵੇਕ ਸਭ ਨੂੰ ਮਿਲ ਕੇ ਫਿਰ ਜਵਾਬ ਦਿੰਦੀ ਜੇਕਰ ਸ਼ਬਦਾਂ ਵਿੱਚ ਮਿਠਾਸ ਅਤੇ ਸਿਆਣਪ ਹੈ ਤਸਾ ਪਾਸੇ ਤੁਹਾਡੀ ਵਾਵਾ ਹੋਏਗੀ ਹੋਰਤੇ ਹੋਰ ਹਰ ਪਾਸੇ ਤੁਹਾਨੂੰ ਆਦਰ ਤੇ ਸਮਾਨ ਮਿਲੇਗਾ ਪੁਰਾਤਨ ਮਾਨਤਾਵਾਂ ਤੇ ਕਈ ਥਾਵਾਂ ਤੇ ਇਹ ਮੰਨਿਆ ਜਾਂਦਾ ਹੈ ਕਿ ਪੂਰੇ ਦਿਨ ਭਾਵੇਂ 24 ਘੰਟਿਆਂ ਵਿੱਚ ਇੱਕ ਅਜਿਹਾ ਸਮਾਂ ਹੁੰਦਾ ਹੈ ਜਦੋਂ ਆਪਾਂ ਆਪਣੀ ਜ਼ੁਬਾਨ ਤੇ ਜੋ ਵੀ ਗੱਲ ਕਹਿੰਨੇ ਆ ਉਹ ਸੱਚ ਹੋ ਜਾਂਦੀ ਇਹ ਸਬੰਧ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਸਮੇਂ ਤੋਂ ਬਾਅਦ ਮਨੁੱਖ ਜੋ ਵੀ ਸ਼ਬਦ ਬੋਲਦਾ ਹੈ ਉਹ ਸੱਚ ਹੋ ਜਾਂਦਾ ਹੈ ਕਈ ਤਰ੍ਹਾਂਾਂ ਚ ਕਈ ਗ੍ਰੰਥਾਂ ਚ ਕਹਿ ਲੋਈਆਂ ਕਈ ਜਿਹੜੀਆਂ ਪ੍ਰਾਰਥਨ ਮੰਤਾਵਾਂ ਨੇ ਉਹ ਕਹਿੰਦੇ ਵੀ ਜਿਹੜਾ ਅੰਮ੍ਰਿਤ ਵੇਲੇ ਦਾ ਤਿੰਨ ਦਾਸ ਤੋਂ ਤਿੰਨ 15 ਦਾ ਸਮਾਂ ਹੈ ਨਾ ਇਹ 5 ਮਿੰਟ ਐਵੇਂ ਦੇ ਨਹੀਂ ਜਦੋਂ ਹਰ ਮਨੁੱਖ ਦੀ ਜ਼ੁਬਾਨ ਜੋ ਹੈ ਉਹ ਜੋ ਬੋਲਦਾ ਉਹ ਸੱਚ ਹੋ ਜਾਂਦੀ ਹੈ ਹੁਣ ਤੁਸੀਂ ਸੋਚੋਗੇ ਕਿ ਇਸ ਸਮੇਂ ਕੋਈ ਕੋਈ ਜਾਗਦਾ ਤਾਂ ਹੈ ਨਹੀਂ ਤੇ ਇਸ ਗੱਲ ਦਾ ਫਿਰ ਕੀ ਅਰਥ ਹੈ ਇਹ ਜਿਆ ਨਹੀਂ ਹੈ ਕਿ ਇਸ ਦੌਰਾਨ ਕੋਈ ਨਹੀਂ ਉੱਠਦਾ ਅੰਮ੍ਰਿਤ ਵੇਲੇ ਬਹੁਤ ਸਾਰੇ ਲੋਕੋੜ ਤੇ ਨੇ ਸਾਧੂ ਸੰਤ ਪਕੀਰ ਸਾਰੇ ਅੰਮ੍ਰਿਤ ਵੇਲੇ ਓਟਨਾਮ ਜਪਦੇ ਨੇ ਇਹ ਉਹ ਸਿਖਰ ਦਾ ਸਮਾਂ ਹੈ ਜਦੋਂ ਸਾਨੂੰ ਕਿਸੇ ਵੀ ਸਥਿਤੀ ਵਿੱਚ ਕਿਸੇ ਕਿਸਮ ਦੇ ਮਾੜੇ ਸ਼ਬਦਾਂ ਜਾਂ ਨਾਕਰਾਤਮਕ ਗੱਲਾਂ ਦਾ ਵਰਣਨ ਨਹੀਂ ਕਰਨਾ ਚਾਹੀਦਾ ਕਿਉਂਕਿ ਉਸ ਸਮੇਂ ਸਾਰੇ ਨਾਮ ਜਪਦੇ ਨੇ ਨਾ ਪ੍ਰੇਸ਼ਤਾ ਪ੍ਰਭਾਵ ਸਵੇਰੇ ਤੱਕ ਰਹਿੰਦੇ ਇਸ ਲਈ ਤੁਹਾਨੂੰ ਸਵੇਰ ਦੇ ਸਮੇਂ ਭਾਵ ਸੂਰਜ ਚੜਨ ਤੋਂ ਪਹਿਲਾਂ ਤੇ ਸੂਰਜ ਚੜਨ ਤੋਂ ਕੁਝ ਸਮੇਂ ਬਾਅਦ ਕਿਸੇ ਵੀ ਸ਼ਬਦ ਐਸੇ ਦਾ ਜਿਸ ਨਾਲ ਕਿਸੇ ਦਾ ਦਿਲ ਦੁਖੇ ਜਾਂ ਨਾਕਾਰਾਤਮਕ ਚੀਜ਼ਾਂ ਦਾ ਕਦੀ ਵੀ ਵਰਣਨ ਨਹੀਂ ਕਰਨਾ ਚਾਹੀਦਾ ਕਿਸੇ ਦੀ ਚੁਗਲੀ ਨਹੀਂ ਕਰਨੀ ਚਾਹੀਦੀ ਕਿਹਾ ਜਾਂਦਾ ਹੈ ਉਸ ਸਮੇਂ ਆਪਾਂ ਜੋ ਵੀ ਬੋਲਦੇ ਹਾਂ ਉਹ ਸੱਚ ਹੋ ਜਾਂਦਾ ਹੈ ਜੋ ਮਨੁੱਖ ਸੋਚਦਾ ਵਿਚਾਰਦਾ ਉਹੀ ਹੁੰਦਾ ਇਸ ਲਈ ਉਸ ਸਮੇਂ ਕਦੇ ਵੀ ਨਾਕਾਰਾਤਮਕ ਚੀਜ਼ਾਂ ਨਾ ਬੋਲੋ ਸਮੇਂ ਹਮੇਸ਼ਾ ਚੰਗਾ ਬੋਲੋ ਸਿਆਣੇ ਲੋਕ ਕਿਹਾ ਕਰਦੇ ਸੀ ਨਾ ਵੀ ਸਵੇਰ ਦੇ 7 ਵਜੇ ਤੱਕ ਨਾ ਤਾਂ ਕਿਸੇ ਬਾਰੇ ਮਾੜਾ ਬੋਲੋ ਨਾ ਹੀ ਮਾੜਾ ਸੋਚੋ ਅਤੇ ਨਾ ਹੀ ਕਿਸੇ ਦੀ ਨਿੰਦਿਆ ਕਰੋ ਇਹ ਕਿਹਾ ਜਾਂਦਾ ਸੀ ਵੀ ਐਵੇਂ ਦਾ ਸਮਾਂ ਹੈ ਇਸ ਸਵੇਰ ਦੇ ਵੇਲੇ ਤੱਕ ਜੋ ਵੀ ਕੋਈ ਕਿਸੇ ਬਾਰੇ ਜੋ ਬੋਲਦਾ ਹੈ ਜਾਂ ਮਾੜੇ ਵਿਚਾਰ ਕਰਦਾ ਹੈ ਉਹ ਉਵੇਂ ਹੀ ਹੋ ਜਾਂਦਾ ਤੇ ਉਵੇਂ ਦਾ ਅਸਰ ਹੁੰਦਾ ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਵਾਰ ਨਾ ਇੱਕ ਮਨੁੱਖ ਨੂੰ ਕਿਹਾ ਜਾਂਦਾ ਉਹ ਕਿਸਾਨ ਹੁੰਦਾ ਤੇ ਉਹਨੂੰ ਕਿਹਾ ਜਾਂਦਾ ਵੀ ਅੱਜ ਨਾ ਤੂੰ ਜੋ ਵੀ ਚੀਜ਼ ਨੂੰ ਹੱਥ ਲਾਏਗਾ ਨਾ ਉਹਨੂੰ ਚੁੱਕੇਗਾ ਉਹ ਚੀਜ਼ ਨਾ ਅੱਜ ਸੋਨੇ ਦੀ ਹੋ ਜਾਈ ਉਹ ਕੀ ਕਰਦਾ ਹੈ ਵੀ ਉਹਨਾਂ ਦੇ ਕਰਨਾ ਸੁਭਾਗਾ ਹੁੰਦਾ ਭਾਵ ਜਿਸ ਦੇ ਨਾਲ ਖੇਤਾਂ ਨੂੰ ਉਹ ਪਾਉਂਦਾ ਹੁੰਦਾ ਉਹ ਸੁਭਾਗਾ ਚੁੱਕ ਕੇ ਆਪਣੇ ਬਾਹਾਂ ਤੇ ਤੇ ਉਹਨੂੰ ਚੁੱਕੀ ਰੱਖਦਾ ਉਹ ਸਾਰਾ ਦਿਨ ਬੀਤ ਜਾਂਦਾ ਉਹਨੂੰ ਚੁੱਕਦਿਆਂ ਚੁੱਕਦਿਆਂ ਤਾਂ ਉਹ ਕੀ ਹੁੰਦਾ ਹੈ ਵੀ ਉਹ ਸੋਨੇ 'ਚ ਪਰਵਰਤਿਤ ਨਹੀਂ ਹੁੰਦਾ ਉਹ ਸੋਨੇ 'ਚ ਬਦਲਦਾ ਨਹੀਂ ਹੁੰਦਾ ਹੁਣ ਕੀ ਹੁੰਦਾ ਉਹ ਹਾਰ ਕਿ ਨਾ ਥੱਕ ਹਾਰ ਜਾਂਦਾ ਤੇ ਆਪਣੇ ਬਾਹਾਂ ਤੋਂ ਚੁੱਕ ਕੇ ਥੱਲੇ ਸੱਟਣ ਲੱਗਦਾ ਕਹਿੰਦਾ ਜੇ ਜੇ ਸੋਨੇ ਦਾ ਨਹੀਂ ਹੋਣਾ ਘੱਟ ਤੋਂ ਘੱਟ ਲੋਹੇ ਦਾ ਹੀ ਹੋ ਜਾ ਜਦੋਂ ਸੁੱਟਣ ਲੱਗਦਾ ਤੇ ਉਹ ਲੋਹੇ ਦਾ ਹੋ ਜਾਂਦਾ ਭਾਵ ਆਪਣੇ ਜੋ ਜੀਬ ਹੈ ਨਾ ਇਹ ਰਸਤਾ ਹੈ ਇਸ ਤੇ ਹਮੇਸ਼ਾ ਚੰਗੀ ਸੋਚ ਚੰਗੀ ਬਾਣੀ ਰੱਖਿਆ ਕਰੋ ਨਾ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਸਮੇਂ ਆਪਣੇ ਜੀਬ ਦੇ ਆਕੇ ਸੱਚ ਬੈਠਾ ਹੁੰਦਾ ਹੈ ਸੱਤ ਬੈਠਾ ਹੁੰਦਾ ਹੈ ਆਪਾਂ ਜੋ ਬੋਲਣਾ ਹੈ ਉਹ ਸੱਚ ਹੋ ਜਾਂਦਾ ਜਿਵੇਂ ਉਹਨੇ ਸਾਰਾ ਦਿਨ ਤਾਂ ਚੁੱਕ ਕੇ ਰੱਖਿਆ ਤੇ ਜਦੋਂ ਸੋਨੇ ਬਣਨ ਦਾ ਸਮਾਂ ਸੀ ਉਹ ਦੋਨੇ ਕਹਾਂ ਕਿ ਤੂੰ ਲੋਹੇ ਦਾ ਹੋ ਜਾ ਇਸ ਲਈ ਹਮੇਸ਼ਾ ਚੰਗਾ ਬੋਲੋ ਚੰਗਾ ਬੋਲੋਗੇ ਆਦਰ ਸਤਕਾਰ ਵੀ ਹੋਏਗਾ ਤੇ ਹਰ ਪਾਸੇ ਤੁਹਾਡਾ ਇੱਜ਼ਤ ਮਾਨਵੀ ਹੋਏਗਾ